ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਧੜਾਧੜ ਨਿਊਜ਼ੀਲੈਂਡ ਨੂੰ ਲੈ ਕੇ ਕੈਨੇਡਾ ਨੂੰ ਲੈ ਕੇ ਵੱਖ ਵੱਖ ਛੋਟੇ ਕੰਟਰੀਜ਼ ਨੂੰ ਵਿਦਾਊਟ ਆਇਲਸ ਵਾਲੇ ਕੰਟਰੀਜ਼ ਨੂੰ ਲੈ ਕੇ ਸੈਮੀਨਾਰ ਹੋ ਰਹੇ ਨੇ। ਬੱਚਾ ਬਹੁਤ ਵੱਡੇ ਪੱਧਰ ਤੇ ਅਪਲਾਈ ਕਰ ਰਿਹਾ ਔਰ ਵੱਡੇ ਪੱਧਰ ਤੇ ਹੀ ਰਿਜੈਕਸ਼ਨਸ ਆ ਰਹੀ ਹੈ। ਇੱਕ ਕੰਟਰੀ ਜਿਹਨੂੰ ਸ਼ਾਇਦ ਬਹੁਤ ਸਾਰੀਆਂ ਕੰਪਨੀਜ਼ ਭੁੱਲ ਗਈਆਂ, ਐਡਵਰਟੀਜ਼ਮੈਂਟ ਨਹੀਂ ਕਰ ਰਹੇ, ਆਸਟ੍ਰੇਲੀਆ ਜਿੱਥੇ ਬੱਚਿਆਂ ਦਾ ਬਹੁਤ ਸੋਹਣਾ ਭਵਿੱਖ ਹੈ, ਉਹਦੇ ਪਿੱਛੇ ਇੱਕ ਵਜ੍ਹਾ ਹੈਗੀ ਹੈ ਕਿ ਜਦੋਂ ਤੋਂ ਹੁਣ SSVF ਆਇਆ ਬਹੁਤ ਸਾਰੇ ਕੰਸਲਟੈਂਟਸ ਭਰਾਵਾਂ ਦਾ ਹੱਥ ਹੀ ਨਹੀਂ ਪਿਆ, ਉਹਨਾਂ ਨੂੰ ਡਾਇਰੈਕਟ ਟਾਈ ਅਪਸ ਨਹੀਂ ਮਿਲੇ, ਉਹਨਾਂ ਨੇ ਐਡਵਰਟੀਜ਼ਮੈਂਟ ਬੰਦ ਕਰਤੀ। ਬੱਚਿਆਂ ਨੂੰ ਇਉਂ ਲੱਗਦਾ ਹੈ ਕਿ ਆਸਟ੍ਰੇਲੀਆ ਦਾ ਵੀਜ਼ਾ ਟਾਈਟ ਹੋ ਗਿਆ ਜਾਂ ਘੱਟ ਮਿਲ ਰਿਹਾ, ਪਰ ਅੱਜ ਅਸੀਂ ਥੋੜ੍ਹੀ ਜਿਹੀ ਸਹੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਚੰਗੀ ਕੰਪਨੀ, ਚੰਗਾ ਕਾਲਜ, ਚੰਗਾ ਕੋਰਸ, ਚੰਗਾ ਏਰੀਆ ਚੁਣਦੇ ਹੋ ਤਾਂ ਵੀਜ਼ਾਸ ਆ ਰਿਹਾ। ਵੀਜ਼ਾ ਲੈਣ ਦੇ ਕੀ ਟਿਪਸ ਨੇ, ਦੋ ਐਕਸਪਰਟ ਸਾਡੇ ਨਾਲ ਨੇ ਇਸ ਵਕਤ, VIC ਤੋਂ ਜੋ ਇੱਕ ਨਾਮੀ ਕੰਪਨੀ ਹੈਗੀ ਹੈ ਪਰਮਵੀਰ ਜੀ ਨੇ ਇਸ ਵਕਤ ਮੇਰੇ ਨਾਲ, ਔਰ ਅਮਿਤ ਸ਼ਰਮਾ ਜੀ ਨੇ। ਟੌਪਿਕ ਅਸੀਂ ਜਿਹੜਾ ਤੁਹਾਨੂੰ ਦੱਸਿਆ ਕਿ ਸਿਰਫ ਔਰ ਸਿਰਫ ਰੱਖਿਆ ਹੋਇਆ ਆਸਟ੍ਰੇਲੀਆ ਦਾ ਵੀਜ਼ਾ ਕਿਵੇਂ ਲਿਆ ਜਾਵੇ। ਪਰਮਵੀਰ ਜੀ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਅਮਿਤ ਜੀ ਤੁਹਾਡੇ ਬਹੁਤ ਸਵਾਗਤ। ਅਮਿਤ ਜੀ ਤੁਹਾਡੇ ਵੱਲ ਮੈਂ ਇਸ ਵਕਤ ਆਊਂਗਾ, ਪਹਿਲਾਂ ਬੱਚਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਵਹਿਮ ਹੈ ਕਿ 5 ਬੈਂਡ ਆ ਗਏ, 5.5 ਇੱਕ ਵਾਰ ਟਰਾਈ ਕਰ ਲਈਏ, ਕੈਨੇਡਾ ਟਰਾਈ ਕਰਕੇ ਦੇਖ ਲਈਏ, ਫਿਰ ਕੋਸ਼ਿਸ਼ ਕਰਾਂਗੇ ਆਸਟ੍ਰੇਲੀਆ ਵੱਲ ਨੂੰ ਜਾਣ ਦੀ। ਕਿਉਂਕਿ ਵੀ ਕਿਉਂਕਿ ਪੰਜਾਬ ਦੇ ਵਿੱਚ ਐਡਵਰਟੀਜ਼ਮੈਂਟ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ 5 ਦੇ ਵੀਜ਼ਾ ਆ ਗਿਆ, 5.5 ਤੇ ਆ ਗਿਆ, ਇੱਕ ਦੋ ਵੀਜ਼ਾ ਆ ਜਾਂਦਾ, ਉਹਨੂੰ ਰੋਟੇਟ ਕੀਤਾ ਜਾਂਦਾ, ਘੁਮਾ ਲਿਆ ਜਾਂਦਾ ਹੈਗਾ। ਸੋ ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਹੈਗਾ ਕਿਵੇਂ ਪ੍ਰਾਪਤ ਕੀਤਾ ਜਾਵੇ, ਕੀ ਟੈਕਨੀਕਲ ਔਰ ਕੀ ਟਿਪਸ ਨੇ ਇਸ ਵਕਤ? ਦੇਖੋ ਜੀ, ਪਹਿਲੀ ਗੱਲ ਹੈਗੀ ਹੈ ਕਿ ਜਿਹੜਾ ਇੱਕ ਮਾਰਕੀਟ ਦੇ ਵਿੱਚ ਨਿਊਜ਼ ਟਾਈਪ ਹੈ ਕਿ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਜ਼ਿਆਦਾ ਔਖਾ ਹੋਇਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। SSVA ਦੇ ਅੰਡਰ ਜਿਹੜਾ ਸਟਰਕਚਰ ਹੈ ਉਹ ਸਿੰਪਲੀਫਾਈਡ ਹੈ, ਠੀਕ ਹੈ ਨਾ ਜੀ, ਜ਼ਿਆਦਾ ਸਿੰਪਲ ਹੈ, ਪ੍ਰੋਵਾਈਡਿਡ ਜਿਹੜਾ ਸਟੂਡੈਂਟ ਹੈ ਉਹ ਸਹੀ ਹੈ, ਉਹਦੀ ਇੰਟੈਂਸ਼ਨ ਪੜ੍ਹਾਈ ਦੀ ਹੈ, ਵੀਜ਼ਾਸ ਆ ਰਹੇ ਨੇ। ਜੇ ਸਟੂਡੈਂਟ ਆਪਣਾ ਕਿਸੇ ਆਥੋਰਾਈਜ਼ ਕੰਪਨੀ ਦੇ ਥਰੂ ਆਪਣਾ ਕੇਸ ਪ੍ਰੋਸੈਸ ਕਰਦਾ ਹੈ, ਉਹਦੇ ਵੀਜ਼ਾ ਦੇ ਚਾਂਸਿਸ ਵੈਸੇ ਹੀ ਵੱਧ ਜਾਂਦੇ, ਫਸਟ ਨੰਬਰ ਹੈ, ਬਿਕੋਜ਼ ਯੂਨੀਵਰਸਿਟੀਜ਼ ਸਿਰਫ ਤੇ ਸਿਰਫ ਆਥੋਰਾਈਜ਼ ਰਿਪ੍ਰੈਜ਼ੈਂਟੇਟਿਵ ਦੇ ਥਰੂ ਹੀ ਐਪਲੀਕੇਸ਼ਨਸ ਲੈਣਗੀਆਂ ਆਫਰ ਲੈਟਰ ਦੇ ਉੱਪਰ, ਐਂਡ ਜਦੋਂ ਫੀਸ ਪੇ ਹੋ ਜਾਂਦੀ ਹੈ COE ਦੇ ਉੱਪਰ ਵੀ, ਜਿਸ ਕੰਪਨੀ ਦੇ ਥਰੂ ਤੁਸੀਂ ਐਪਲੀਕੇਸ਼ਨ ਕੀਤੀ ਉਹਦਾ ਨਾਮ ਲਿਖਿਆ ਜਾਂਦਾ। ਬਿਲਕੁਲ ਠੀਕ ਹੈ। ਅੰਬੈਸੀ ਨੂੰ ਇਹ ਚੀਜ਼ ਪਤਾ ਹੈ ਕਿ ਕਿਸ ਕੰਪਨੀ ਦੇ ਥਰੂ ਐਪਲੀਕੇਸ਼ਨ ਜਿਹੜੀ ਹੈ ਪ੍ਰੋਸੈਸ ਹੋ ਰਹੀ ਹੈ, ਤੇ ਡਾਇਰੈਕਟ ਉਸ ਕੰਪਨੀ ਦੇ ਥਰੂ ਹੀ ਐਪਲੀਕੇਸ਼ਨ ਕੀਤੀ ਜਾਏ ਜਿਹੜੀ ਯੂਨੀਵਰਸਿਟੀ ਨਾਲ ਡਾਇਰੈਕਟਲੀ ਆਥੋਰਾਈਜ਼ਡ ਹੈ, ਰਿਪ੍ਰੈਜ਼ੈਂਟੇਟਿਵ ਹੈ, ਫਿਰ ਕਦੀ ਪ੍ਰੋਬਲਮ ਨਹੀਂ ਆਏਗੀ। ਸੈਕਿੰਡ ਵੈਰੀ ਇੰਪੋਰਟੈਂਟ ਚੀਜ਼ ਕਿ ਯੂਨੀਵਰਸਿਟੀਜ਼ ਪਹਿਲੇ ਇਹ ਚੈੱਕ ਕਰਦੀਆਂ ਕਿ ਜਿਹੜਾ ਸਟੂਡੈਂਟ ਆ ਰਿਹਾ ਉਹਦੀ ਇੰਟੈਂਸ਼ਨ ਪੜ੍ਹਾਈ ਦੀ ਹੈ ਕਿ ਨਹੀਂ, ਉਹਨੂੰ GTE ਕ੍ਰਾਈਟੀਰੀਆ ਕਹਿੰਦੇ, ਜੈਨੂਇਨ ਟੈਂਪਰਰੀ ਐਂਟਰੈਂਟ, ਕਿ ਬੇਸਿਕਲੀ ਸਟੂਡੈਂਟ ਦਾ ਇੰਟੈਂਸ਼ਨ ਜਿਹੜਾ ਹੈ ਉਹ ਪੜ੍ਹਾਈ ਦਾ ਹੈ ਕਿ ਨਹੀਂ ਹੈ, ਠੀਕ ਹੈ ਜੀ। ਹੁਣ ਜੇ ਸਟੂਡੈਂਟ ਦੀ ਇੰਟੈਂਸ਼ਨ ਪੜ੍ਹਾਈ ਦੀ ਹੈ, ਉਹਦੇ ਬੈਂਡ 6 ਨੇ, ਉਹਦੇ ਨੰਬਰ ਵੀ ਠੀਕ ਠਾਕ ਨੇ, ਯਾਨੀ ਕਿ 60% ਤੋਂ ਅਬਵ ਨੇ, ਪ੍ਰੋਵਾਈਡਿਡ ਉਹਦੀ ਫੈਮਿਲੀ ਦੇ ਕੋਲ ਫਾਈਨੈਂਸ਼ੀਅਲ ਸਰਕਮਸਟਾਂਸਿਸ ਇਹੋ ਜਿਹੇ ਹੈਗੇ ਨੇ ਕਿ ਉਹ ਆਪਣੀ ਪੜ੍ਹਾਈ ਅਫੋਰਡ ਕਰ ਸਕਦੇ ਨੇ, ਉਹਨੂੰ ਵੀਜ਼ਾ ਮਿਲਣਾ ਹੀ ਮਿਲਣਾ, ਉਹਦੇ ਚਾਂਸਿਸ ਬਹੁਤ ਹੀ ਜ਼ਿਆਦਾ। ਦੋ ਚੀਜ਼ਾਂ ਪੰਜਾਬ ਦੇ ਵਿੱਚ ਖਰਾਬ ਕਰ ਰਹੀਆਂ ਕੰਮ, ਇੱਕ ਤਾਂ ਐਡਵਰਟੀਜ਼ਮੈਂਟ ਹਰ ਕੋਈ ਕਰ ਦਿੰਦਾ, ਮੈਂ ਵੀ ਆਪਣੀ ਕੰਪਨੀ ਖੋਲ ਲਈ, ਉਹ ਏ ਨੇ ਖੋਲ ਲਈ, ਬੀ ਨੇ ਖੋਲ ਲਈ, ਸੀ ਨੇ ਖੋਲ ਲਈ, ਟਾਈ ਅਪਸ ਹਨ ਨਹੀਂ ਹਨ ਕੋਈ ਮੈਟਰ ਨਹੀਂ ਕਰਦਾ, ਇੱਧਰੋਂ ਫਾਈਲ ਫੜੀ ਕਿਸੇ ਨੂੰ ਦੇਤੀ। ਇੱਕ ਤਾਂ ਆਫਰ ਲੈਟਰ ਐਡਿਟ ਹੋ ਕੇ ਬੱਚਿਆਂ ਕੋਲ ਜਾਂਦੀ ਹੈ, ਗੁੰਮਰਾਹ ਹੋ ਜਾਂਦਾ ਬੱਚਾ, ਕਹਿੰਦਾ ਜੀ ਇਹ ਤਾਂ ਜੀ ਤੁਸੀਂ ਇਹ ਭੇਜਿਆ ਜਾਂ ਮੈਂ ਹੀ ਭੇਜਿਆ, ਐਡਿਟ ਕਰ ਦਿੰਦੇ ਆ। ਇੱਕ ਕੈਸ਼ ਦਾ ਬਹੁਤ ਵੱਡਾ ਘਪਲਾ ਹੋ ਰਿਹਾ ਪੰਜਾਬ ਦੇ ਵਿੱਚ, ਕੈਸ਼ ਫੜ ਲਿਆ ਜਾਂਦਾ, ਅੱਗੇ ਕੁਛ ਜਾਂਦਾ, ਉਹਦੇ ਵਿੱਚੋਂ ਕੁਛ ਪੈਸੇ ਖਾ ਲਏ ਜਾਂਦੇ ਨੇ, ਬੱਚੇ ਦਾ 1-2 ਲੱਖ ਰੁਪਏ ਦਾ ਨੁਕਸਾਨ ਹੁੰਦਾ, ਫੰਡਾਂ ਦੇ ਨਾਮ ਤੇ ਫਾਈਨਾਂਸਰ ਪੈਸੇ ਖਾ ਰਹੇ ਨੇ, ਉਲਟਾ ਵੀਜ਼ਾ ਵੀ ਨਹੀਂ ਆਉਂਦਾ ਹੈਗਾ। ਸੋ ਦੋ ਚੀਜ਼ਾਂ ਤੋਂ ਕਿਵੇਂ ਬਚਿਆ ਜਾਵੇ, ਆਫਰ ਸਹੀ ਕਿਵੇਂ ਮੰਗਵਾਈ ਜਾਵੇ ਔਰ ਕੈਸ਼ ਤੋਂ ਕਿਵੇਂ ਬਚਿਆ? ਦੇਖੋ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਸਟ੍ਰੇਲੀਆ ਦੇ ਵਿੱਚ ਹਰ ਯੂਨੀਵਰਸਿਟੀ ਨੂੰ, ਹਰ ਇੰਸਟੀਟਿਊਟ ਨੂੰ ਆਪਣੀ ਐਡ ਵੈਬਸਾਈਟ ਦੇ ਉੱਪਰ ਜਿਹੜੇ ਵੀ ਉਹਦੇ ਆਥੋਰਾਈਜ਼ ਰਿਪ੍ਰੈਜ਼ੈਂਟੇਟਿਵ ਹੈ ਉਹਦੀ ਲਿਸਟ ਮੇਨਟੇਨ ਕਰਨਾ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਕੰਪਲਸਰੀ ਹੈ। ਦੈਟ ਮੀਨਸ ਤੁਸੀਂ ਕੋਈ ਵੀ ਬੱਚਾ ਕਿਸੇ ਕੰਸਲਟੈਂਟ ਦੇ ਕੋਲ ਗਿਆ, ਉਹਦੇ ਕੋਲ ਆਫਰ ਲੈਟਰ ਆ ਗਈ ਹੈ, ਉਹ ਵੈਬਸਾਈਟ ਤੇ ਜਾ ਕੇ ਇਹ ਚੈੱਕ ਕਰੇ ਉਸ ਯੂਨੀਵਰਸਿਟੀ ਦੀ ਕਿ ਕੀ ਉਹ ਕੰਸਲਟੈਂਟ ਆਥੋਰਾਈਜ਼ਡ ਹੈ ਕਿ ਨਹੀਂ। ਫਿਰ ਵੀ ਜੇ ਉਹਦੇ ਦਿਮਾਗ 'ਚ ਥੋੜ੍ਹਾ ਜਿਹਾ ਵੀ ਡਾਊਟ ਆਉਂਦਾ ਹੈ, ਉਹ ਯੂਨੀਵਰਸਿਟੀ ਨੂੰ ਮੇਲ ਪਾ ਕੇ ਪੁੱਛ ਲਵੇ ਕਿ ਮੈਨੂੰ ਇਹ ਆਫਰ ਲੈਟਰ ਆਈ ਹੈ, ਠੀਕ ਹੈ ਜੀ, ਕੀ ਇਹ ਆਫਰ ਲੈਟਰ ਜੈਨੂਇਨ ਹੈ ਕਿ ਨਹੀਂ। 99.9% ਜੇ ਯੂਨੀਵਰਸਿਟੀ ਦਾ ਆਥੋਰਾਈਜ਼ ਰਿਪ੍ਰੈਜ਼ੈਂਟੇਟਿਵ ਹੈ ਤੇ ਉਹ ਇਹੋ ਜਿਹੇ ਕਦੀ ਚੱਕਰਾਂ 'ਚ ਪਏਗਾ ਨਹੀਂ, ਬਿਕੋਜ਼ ਯੂਨੀਵਰਸਿਟੀ ਨੇ ਬੜਾ ਸੋਚ ਸਮਝ ਕੇ ਪੁਰਾਣੇ ਟਰੈਕ ਰਿਕਾਰਡ ਦੇ ਬੇਸ ਦੇ ਉੱਪਰ ਹੀ ਰਿਪ੍ਰੈਜ਼ੈਂਟੇਟਿਵ ਕੰਪਨੀਜ਼ ਨੂੰ ਆਥੋਰਾਈਜ਼ ਕੀਤਾ ਹੋਇਆ। ਸੈਕਿੰਡਲੀ, ਜਿਹੜਾ ਕੈਸ਼ ਦਾ ਗਫਲਾ ਹੋ ਰਿਹਾ, ਕੈਸ਼ ਵਾਸਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਸਟੂਡੈਂਟ ਯੂਨੀਵਰਸਿਟੀਜ਼ ਨੂੰ ਆਪਣੇ ਬੈਂਕ ਅਕਾਊਂਟ 'ਚੋਂ ਡਾਇਰੈਕਟਲੀ ਫੀਸ ਟ੍ਰਾਂਸਫਰ ਕਰਨ। ਯੂਨੀਵਰਸਿਟੀਜ਼ ਕਿਸੇ ਏਜੰਟ ਨੂੰ ਆਥੋਰਾਈਜ਼ ਹੀ ਨਹੀਂ ਕਰਦੀਆਂ ਕਿ ਉਹ ਕੈਸ਼ ਲੈ ਕੇ ਬੱਚਿਆਂ ਦੀਆਂ ਫੀਸਾਂ ਆਪ ਜਮ੍ਹਾਂ ਕਰਾਂ। ਜੋ ਤੁਹਾਡੀ ਆਫਰ ਲੈਟਰ ਤੇ ਫੀਸ ਲਿਖੀ ਹੋਈ ਹੈ ਉਹ ਵੈਬਸਾਈਟ ਦੇ ਨਾਲ ਮੈਚ ਕਰਦੀ ਹੈ ਕਿ ਨਹੀਂ ਕਰਦੀ, ਬੱਚੇ ਵੈਬਸਾਈਟ ਤੇ ਜਾ ਕੇ ਉਹਨੂੰ ਕ੍ਰੋਸ ਚੈੱਕ ਕਰ ਲੈਣ, ਤੇ ਕੈਸ਼ ਕਿਸੇ ਨੂੰ ਨਹੀਂ ਦੇਣਾ। ਜਿਹੜੀ ਵੀ ਫੀਸ ਹੈਗੀ ਹੈ ਉਹ ਬੈਂਕ ਦੇ ਕੋਲੋਂ ਜਾਣ, ਆਪਣੀ ਆਫਰ ਲੈਟਰ ਦੇਣ, ਬੈਂਕ ਦੀਆਂ ਯੂਨੀਵਰਸਿਟੀ ਦੀ ਉਹਦੇ 'ਚ ਟ੍ਰਾਂਜੈਕਸ਼ਨ ਡਿਟੇਲਸ ਲਿਖੀਆਂ ਹੋਈਆਂ, ਬੈਂਕ ਡਾਇਰੈਕਟਲੀ ਯੂਨੀਵਰਸਿਟੀ ਨੂੰ ਫੀ ਟ੍ਰਾਂਸਫਰ ਕਰੇਗਾ,
ਫਰਜ਼ ਵਾਸਤੇ ਕਿਸੇ ਨੂੰ ਪੈਸੇ ਨਾ ਦੇਣ। ਠੀਕ ਹੈ, ਜੇ ਪ੍ਰੋਪਰ ਪਲੈਨਿੰਗ ਦੇ ਹਿਸਾਬ ਦੇ ਨਾਲ ਸਾਰਾ ਚੀਜ਼ਾਂ ਕੀਤੀਆਂ ਜਾਣ, ਟਾਈਮ ਸਿਰ ਕੀਤਾ ਜਾਏ, ਤਾਂ ਹਰ ਕੋਈ ਆਪਣੇ ਫੰਡਸ ਜਿਹੜੇ ਨੇ ਉਹ ਖੁਦ ਮੇਨਟੇਨ ਕਰ ਸਕਦਾ। ਬਿਲਕੁਲ ਕਰ ਸਕਦਾ। ਠੀਕ ਹੈ ਨਾ, ਉਹਦੇ ਵਾਸਤੇ ਕਾਲੀ ਕਰਨ ਵਾਸਤੇ ਕਿਸੇ ਨੂੰ ਪੈਸਾ ਦੇਣਾ ਮਤਲਬ ਆਪਣੇ ਵੀਜ਼ਾ ਦਾ ਰਿਸਕ ਵਧਾ ਲੈਣਾ। ਐਂਡ ਅੰਬੈਸੀਜ਼ ਅਤੇ ਯੂਨੀਵਰਸਿਟੀਜ਼ ਨੂੰ ਪਤਾ ਹੈ ਕਿ ਜਿਹੜੇ ਆਥੋਰਾਈਜ਼ ਰਿਪ੍ਰੈਜ਼ੈਂਟੇਟਿਵ ਨੇ ਉਹ ਐਥੀਕਲ ਨੇ, ਉਹ ਇਹੋ ਜਿਹੇ ਪ੍ਰੈਕਟਿਸਿਸ ਕਦੀ ਨਹੀਂ ਕਰਨਗੇ। ਜਿਹੜੇ ਡਾਇਰੈਕਟਲੀ ਯੂਨੀਵਰਸਿਟੀ ਦੇ ਨਾਲ ਆਥੋਰਾਈਜ਼ ਨਹੀਂ ਹੈਗੇ, ਉਹ ਹੀ ਇਹ ਪ੍ਰੈਕਟਿਸ ਕਰਦੇ ਨੇ, ਇਸੇ ਕਰਕੇ ਉਹਨਾਂ ਕੋਲ ਆਥੋਰਾਈਜੇਸ਼ਨ ਵੀ ਨਹੀਂ ਹੈ। ਇੱਕ ਹੋਰ ਕੇਸ ਸਾਹਮਣੇ ਆਇਆ ਜਿਹਦੇ ਨਾਲ ਜਿਵੇਂ ਅਮਿਤ ਜੀ ਨੇ ਦੱਸਿਆ ਕਿ ਬਹੁਤ ਸਾਰੇ ਨੁਕਸਾਨ ਨੇ, ਵੀਜ਼ਾ ਦਾ ਤੁਹਾਡਾ ਸਕਸੈਸ ਰੇਟ ਘਟੇਗਾ ਹੀ ਘਟੇਗਾ, ਪੈਸੇ ਦਾ ਨੁਕਸਾਨ ਹੋਏਗਾ। ਜੇ ਤੁਸੀਂ ਕੰਸਲਟੈਂਟ ਨੂੰ ਕੈਸ਼ ਦਿੰਦੇ ਹੋ ਤੁਹਾਨੂੰ ਨਹੀਂ ਪਤਾ ਕਿ ਅੱਗੇ ਫੀਸ ਕਿੰਨੀ ਗਈ ਹੈ, ਕਿਸ ਰੇਟ ਨੂੰ ਗਈ ਹੈ, ਜਦੋਂ ਕੱਟ ਕੇ ਆਉਂਦੀ ਹੈ। ਇੱਕ ਰਾਜਪੁਰੇ ਦਾ ਕੇਸ, ਕੱਲ੍ਹ ਹੀ ਚੈਨਲ ਸ਼ਿਕਾਇਤ ਕਰਨ ਆਏ ਸੀ ਬੱਚੇ, ਕੰਸਲਟੈਂਟਸ ਦਾ ਨਾਮ ਨਹੀਂ ਦੱਸ ਸਕਦੇ, ਸਾਡੀ ਮਜਬੂਰੀਆਂ ਨੇ। ਕੱਟਿਆ ਜੀ ਉੱਥੇ 400 ਰੁਪਈਆ, ਕਿਉਂਕਿ ਭੇਜਿਆ ਤਾਂ ਕੰਸਲਟੈਂਟ ਨੇ, ਨਾ ਕੋਈ ਰਸੀਦ ਹੈ, ਨਾ ਕੋਈ ਅਕਾਊਂਟ ਹੈ, ਨਾ ਕੋਈ ਡਿਟੇਲ ਹੈਗੀ ਹੈ। ਬੱਚੇ ਨੂੰ ਕਹਿਤਾ ਜੀ ਤੁਹਾਡਾ $1800 ਕੱਟਿਆ ਗਿਆ। ਸੋ ਬੱਚਾ ਤਾਂ ਹੁਣ ਰਗੜਿਆ ਗਿਆ ਨਾ, ਬੱਚਾ ਘੱਟੋ ਘੱਟ 1 ਲੱਖ ਰੁਪਏ ਤੋਂ ਜ਼ਿਆਦਾ ਪੈਸਿਆਂ ਦੇ ਵਿੱਚ ਰਗੜਿਆ ਗਿਆ। ਜਦੋਂ ਤੁਸੀਂ ਆਪ ਭੇਜਦੇ ਹੋ, ਆਪ ਟ੍ਰਾਂਸਫਰ ਤੁਹਾਡੇ ਖਾਤੇ 'ਚ ਪੈਸੇ ਵਾਪਸ ਆਉਣੇ ਨੇ, ਜੇ ਇਨਕੇਸ ਰਿਜੈਕਸ਼ਨ ਆ ਵੀ ਜਾਂਦੀ ਹੈ, ਤੁਹਾਨੂੰ ਪਤਾ ਤਾਂ ਹੈ ਕਿ ਕਿੰਨੇ ਭੇਜੇ ਸੀ, ਕਿੰਨੇ ਵਾਪਸ ਆਏ ਨੇ। ਸੋ ਇਹ ਵੀ ਠੱਗੀ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਚੱਲ ਰਹੀ ਹੈ, ਇਸ ਚੀਜ਼ ਤੋਂ ਬਚਣਾ ਹੈਗਾ। ਦੂਸਰਾ, ਪੰਜਾਬ ਦਾ ਜਦੋਂ ਬੱਚਾ ਕੌਂਸਲਿੰਗ ਲੈਣ ਜਾਂਦਾ ਪਰਮੇਰ ਜੀ, ਉਹਦਾ ਪਤਾ ਹੁੰਦਾ ਕੰਸਲਟੈਂਟਸ ਨੂੰ ਕਿ ਇਹਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਪਰ ਅੱਜ ਕੈਨੇਡਾ ਦੇ ਨਾਮ 'ਤੇ ਕਮਿਸ਼ਨ ਆਉਣੀ ਹੈ, ਨਹੀਂ ਆਉਣੀ ਪਤਾ ਨਹੀਂ, 20,000 ਰੁਪਇਆ ਜੇਬ 'ਚ ਪਾ ਕੇ ਪਾਉਣ ਦੀ ਪ੍ਰਵਿਰਤੀ ਹਰ ਕੰਸਲਟੈਂਟਸ ਦੀ ਹੋ ਗਈ ਹੈ। ਜਦੋਂ ਉਹਨੂੰ ਪਤਾ ਹੁੰਦਾ ਕਿ ਇਹਦਾ ਵੀਜ਼ਾ ਆਸਟ੍ਰੇਲੀਆ ਆ ਜਾਣਾ, ਕੈਨੇਡਾ ਨਹੀਂ ਆਉਣਾ, ਪਰ ਉਹਨੂੰ ਮੋਲਡ ਕਰਕੇ ਕੈਨੇਡਾ ਵੱਲ ਨੂੰ ਭੇਜ ਦਿੱਤਾ ਜਾਂਦਾ, ਕਿਉਂਕਿ ਬੱਚਾ ਵੀ ਚਾਹੁੰਦਾ ਮੈਂ ਕੈਨੇਡਾ ਪਹਿਲਾਂ ਪਹੁੰਚਾਂ। ਸੋ ਥੋੜ੍ਹੇ ਜਿਹੇ ਨੈਗੇਟਿਵ ਔਰ ਪੋਜ਼ਿਟਿਵ ਪੁਆਇੰਟ ਦੱਸੋਗੇ ਕਿ ਜਦੋਂ ਬੱਚਾ ਜਾਂਦਾ ਕੌਂਸਲਿੰਗ ਵੇਲੇ ਉਹਨੂੰ ਕੰਪੈਰੀਜ਼ਨ ਕਰਕੇ ਦੱਸੋਗੇ ਆਸਟ੍ਰੇਲੀਆ ਔਰ ਕੈਨੇਡਾ ਬਾਰੇ? ਦੇਖੋ ਜੀ, ਪਹਿਲੀ ਤਾਂ ਚੋਇਸ ਇਹ ਹੈ ਬੱਚੇ ਦੀ ਕਿ ਜੇ ਬੱਚੇ ਨੇ ਚੂਜ਼ ਕਰਨਾ ਮੈਂ ਆਸਟ੍ਰੇਲੀਆ ਜਾਣਾ ਜਾਂ ਮੈਂ ਕੈਨੇਡਾ ਜਾਣਾ। ਦੂਸਰੀ ਹੈਗੀ ਹੈ ਰਿਕੁਆਇਰਮੈਂਟ। ਹੁਣ ਜੇ ਬੱਚੇ ਦੇ 5.5 ਬੈਂਡ ਆ, ਤਾਂ 5.5 ਬੈਂਡ ਦੇ ਉੱਤੇ ਨਾ ਤਾਂ ਆਸਟ੍ਰੇਲੀਅਨ ਗਵਰਨਮੈਂਟ ਦੀ ਤਰਫ ਤੋਂ ਵੀਜ਼ਾ ਮਿਲਣਾ, ਨਾ ਕੈਨੇਡੀਅਨ ਗਵਰਨਮੈਂਟ ਦੀ ਤਰਫ ਤੋਂ। ਬੀਇੰਗ ਐਨ ਏਜੰਟ ਇਹ ਮੈਨੂੰ ਚੀਜ਼ ਪਤਾ, ਠੀਕ ਹੈ ਨਾ ਜੀ, ਜੇ ਇੱਕ ਅੱਛਾ ਆਥੋਰਾਈਜ਼ਡ ਏਜੰਟ ਹਮੇਸ਼ਾ ਅੱਛੀ ਚੀਜ਼ ਗਾਈਡ ਕਰਦਾ, ਉਸਦੇ ਵਿੱਚ ਕਦੀ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਜੀ ਤੁਸੀਂ 5.5 ਬੈਂਡ ਆ, ਤੁਸੀਂ ਕੈਨੇਡਾ ਦਾ ਅਪਲਾਈ ਕਰ ਲਓ। ਨੋ ਡਾਊਟ ਹੋ ਸਕਦਾ ਕਿ 1-2% ਕਿਸੇ ਬੱਚੇ ਦਾ ਵੀਜ਼ਾ ਆ ਵੀ ਗਿਆ ਹੋਵੇ 5.5 ਬੈਂਡ ਦੇ ਉੱਤੇ, ਬਟ ਜਨਰਲੀ ਕੋਈ ਐਡਮਿਸ਼ਨ ਕ੍ਰਾਈਟੇਰੀਆ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਟੋਟਲੀ ਦਿੱਤਾ ਹੋਇਆ। ਐਸਪੀਪੀ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ, ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਹੈ ਕੈਨੇਡਾ ਦੇ ਵਿੱਚ, ਉਹਨਾਂ ਦੀ ਇੱਕ ਰਿਕੁਆਇਰਮੈਂਟਸ ਦੀ ਲਿਸਟ ਵੈਬਸਾਈਟ ਦੇ ਉੱਤੇ, ਕੈਨੇਡੀਅਨ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਹੈ। ਉਸਦੇ ਵਿੱਚ ਉਹਨਾਂ ਨੇ ਫਰੈਂਕਲੀ ਲਿਖਿਆ ਹੋਇਆ ਚੀਜ਼ ਕਿ ਜਿਹੜੀ ਤੁਹਾਡੀ ਆਇਲਸ ਦੀ ਰਿਕੁਆਇਰਮੈਂਟ ਹੈ, ਦੈਟ ਇਜ਼ 6 ਬੈਂਡ ਵਿਦ ਨੋ ਮੋਡਿਊਲ ਲੈਸ ਦੈਨ 5.5। ਬਿਲਕੁਲ ਠੀਕ ਹੈ ਜੀ। ਹੁਣ ਕੰਸਲਟੈਂਟ ਕੀ ਕਰਦਾ ਹੈਗਾ, ਉਹਨੂੰ ਵਿਦਆਊਟ ਐਸਪੀਪੀ ਅਪਲਾਈ ਕਰਵਾਉਂਦਾ, ਦੱਸਦਾ ਨਹੀਂ ਜਰਨਲ ਜਨਰਲ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਵੀ ਅਪਲਾਈ ਕਰ ਸਕਦਾ, ਪ੍ਰਾਈਵੇਟ ਕਾਲਜ ਦੇ ਵਿੱਚ ਵੀ। ਕਾਲਜ ਦੇ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀ ਦੀ ਆਪਣੀ ਆਪਣੀ ਰਿਕੁਆਇਰਮੈਂਟਸ ਹੈਗੀਆਂ। ਹੋ ਸਕਦਾ ਐਲੀ ਦੇ ਨਾਲ ਉਹਨੂੰ ਐਡਮਿਸ਼ਨ ਤਾਂ ਮਿਲ ਜਾਏਗੀ, ਲੇਕਿਨ ਹਾਈ ਕਮਿਸ਼ਨ ਵੀਜ਼ਾ ਨਹੀਂ ਦਿੰਦੀ ਇਸ ਚੀਜ਼ ਦੇ ਵਿੱਚ। ਔਰ ਰੇਅਰੈਸਟ ਟੂ ਵੀ ਰੇਅਰੈਸਟ ਕੇਸਿਸ ਦੇ ਵਿੱਚ ਕਿਤੇ ਵੀਜ਼ਾ ਮਿਲ ਜਾਵੇ ਵੀ ਹਾਂਜੀ ਯੂਨੀਵਰਸਿਟੀ ਨੇ ਐਡਮਿਸ਼ਨ ਦਿੱਤੀ ਵੀ ਆ, ਬੱਚੇ ਦੇ ਪਰਸੈਂਟੇਜ ਕਾਫੀ ਹਾਈ ਨੇ, ਤਾਂ ਹਾਈ ਕਮਿਸ਼ਨ ਨੂੰ ਲੱਗੇ ਕਿ ਅੱਗੇ ਜਾ ਕੇ ਬੱਚਾ ਪੜ੍ਹ ਪਾਏਗਾ। ਕਿਉਂ ਜੇ ਹੁਣ 5.5 ਬੈਂਡ ਨੇ, ਤੇ ਜੇ ਉੱਥੇ ਕਲਾਸ ਦੇ ਵਿੱਚ ਬੈਠੇ ਬਾਕੀ ਬੱਚਿਆਂ ਦਾ ਇੱਕ ਲੈਵਲ ਹੋਏਗਾ ਨਾ ਜੀ, ਜਨਰਲ ਪ੍ਰੋਬਲਮ ਵੀ ਆਣੀ ਆ ਉਹਨੂੰ ਜੇ ਸਪੋਜ਼ ਬੱਚੇ ਦਾ ਵੀਜ਼ਾ ਲੱਗ ਵੀ ਗਿਆ। ਇਹ ਹੋਇਆ ਜੀ, ਇਹਨੂੰ ਮੈਂ ਥੋੜ੍ਹਾ ਜਿਹਾ ਪ੍ਰੈਕਟੀਕਲੀ ਬੱਚੇ ਨੂੰ ਆਪਣੀ ਆਪ ਬੀਤੀ ਦੱਸ ਦਿੰਦਾ। ਮੈਂ ਪਹਿਲਾਂ ਵੀ ਦੱਸਿਆ ਕਿ ਨਿਊਜ਼ੀਲੈਂਡ ਸਾਨੂੰ ਵਿਦਆਊਟ ਆਇਲਸ ਗਏ ਹੋਏ ਬੱਚੇ ਮਿਲੇ, ਜਿਹਨਾਂ ਨੂੰ 2.5 ਲੱਖ ਦਾ ਕੋਰਸ ਲੱਗਿਆ, ਨਾ ਬੱਚਾ ਵਾਪਸ ਆਉਣ ਜੋਗਾ, ਨਾ 2.5 ਲੱਖ ਭਰਨ ਜੋਗਾ। ਯੂਕੇ 'ਚ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਵਿਦਆਊਟ ਆਇਲਸ, ਕਾਲਜ ਬੰਦ ਹੋਏ, ਬੱਚਿਆਂ ਨੂੰ ਪਤਾ ਜੋ ਉਹਨਾਂ ਨੇ ਸਫ਼ਰ ਕੀਤਾ। ਅੱਜ ਮੈਨੂੰ ਲੱਗਦਾ ਕੈਨੇਡਾ ਦਾ ਬੱਚਾ ਵੀ ਉਸੇ ਕਗਾਰ 'ਤੇ ਖੜਿਆ। ਬਿਲਕੁਲ ਜੀ ਬਿਲਕੁਲ, ਇਹ ਪ੍ਰੋਬਲਮ ਆਉਣੀ ਓ ਆਉਣੀ ਆ। ਜੇ ਮੈਂ ਇੱਕ ਕਲਾਸ ਦੇ ਵਿੱਚ ਬੈਠਾ, ਠੀਕ ਹੈ ਜੀ, ਮੇਰਾ ਇੱਕ ਲੈਵਲ ਹੋਣਾ ਚਾਹੀਦਾ ਇੰਗਲਿਸ਼ ਦਾ, ਜੋ ਮੈਨੂੰ ਪੜ੍ਹਾਉਣਾ ਵੀ ਉਹਨਾਂ ਨੇ ਇੰਗਲਿਸ਼ ਦੇ ਵਿੱਚ, ਮੈਨੇ ਲਿਖਣਾ ਵੀ ਇੰਗਲਿਸ਼, ਸਾਰਾ ਕੁਝ ਹੈ ਹੀ ਇੰਗਲਿਸ਼ ਦੇ ਵਿੱਚ, ਉਹ ਕੰਟਰੀ ਇੰਗਲਿਸ਼ ਦੇ ਥਰੂ ਚੱਲਦੀ ਹੈ, ਇੰਗਲਿਸ਼ ਸਪੀਕਿੰਗ ਕੰਟਰੀ ਕਹਿੰਦੇ ਆਪਾਂ ਉਹਨੂੰ, ਤਾਂ ਉੱਥੇ ਸਾਰਾ ਕੁਝ ਇੰਗਲਿਸ਼ ਦੇ ਨਾਲ ਚੱਲਦਾ ਹੈਗਾ। ਜੇ ਮੇਰਾ ਲੈਵਲ ਹੀ ਨਹੀਂ ਹੈ ਇੰਗਲਿਸ਼ ਦਾ, ਤਾਂ ਮੈਨੂੰ ਜੋ ਪੜ੍ਹਾ ਰਹੇ ਮੈਨੂੰ ਸਮਝ ਨਹੀਂ ਆਉਣਾ, ਮੈਨੂੰ ਸਮਝ ਨਹੀਂ ਆਉਣਾ ਤਾਂ, ਬਟ ਓਬਵੀਅਸ ਆ ਮੈਂ ਕਲਾਸ 'ਚ ਫੇਲ ਹੋ ਜਾਵਾਂਗਾ ਜਾਂ ਤਾਂ, ਜਾਂ ਮੈਨੂੰ ਜਿਹੜਾ ਮੇਰਾ ਟੀਚਰ ਹੋਏਗਾ ਉਹ ਕਹੇਗਾ ਵੀ ਤੁਸੀਂ ਆਪਣਾ ਇੰਗਲਿਸ਼ ਦਾ ਲੈਵਲ ਇੰਪਰੂਵ ਕਰੋ। ਜਾਂ ਤੁਸੀਂ ਕਹਿ ਰਹੇ ਹੋ 2.5 ਲੱਖ ਰੁਪਏ ਉਹਨਾਂ ਤੋਂ ਹੋਰ ਲਿੱਤਾ, ਉਹ 2.5 ਲੱਖ ਰੁਪਏ ਕਾਲਜ ਦੀ ਵੀ ਇੱਕ ਮਜਬੂਰੀ ਹੈ, ਮਜਬੂਰੀ ਹੈ। ਉੱਥੇ ਜਾ ਕੇ ਟੈਸਟ ਲੈ ਲਿਆ, ਬੱਚੇ ਨੂੰ ਆਉਂਦਾ ਕੁਛ ਨਹੀਂ, ਬੱਚੇ ਨੂੰ ਆਉਂਦਾ ਨਹੀਂ, ਉਹ ਕੈਨੇਡਾ 'ਚ ਵੀ ਹੋ ਰਿਹਾ ਜੀ, ਕੈਨੇਡਾ 'ਚ ਵੀ ਹੋ ਰਿਹਾ, ਬਹੁਤ ਸਾਰੇ ਕਾਲਜ ਕਰ ਰਹੇ ਨੇ। ਸਰ ਉਹ ਕੀ ਕਰਨ, ਹੁਣ ਏਜੰਟ ਉਰੇ ਪ੍ਰਮਿਤ ਕਰਕੇ ਬੱਚੇ ਨੂੰ ਭੇਜ ਦਿੰਦਾ ਵੀ ਤੇਰਾ 5.5 ਦੇ ਉੱਤੇ ਵੀਜ਼ਾ ਆ ਜਾਏਗਾ ਜਾਂ 5 ਬੈਂਡ ਤੇ ਜਾਂ ਵਿਦਆਊਟ ਆਇਲਸ, ਤੈਨੂੰ ਮੈਂ ਕੈਨੇਡਾ ਭੇਜ ਦਿੰਦਾ। ਕਿਸੇ ਦਾ ਤੁੱਕਾ ਲੱਗ ਜਾਂਦਾ, ਕਿਸੇ ਦਾ ਤੁੱਕਾ ਲੱਗ ਗਿਆ, ਉੱਥੇ ਬੱਚਾ ਪਹੁੰਚ ਗਿਆ, ਉੱਥੇ ਪਹੁੰਚਣ ਤੋਂ ਬਾਅਦ ਉਹਨੇ ਪੜ੍ਹਨਾ ਤਾਂ ਇੰਗਲਿਸ਼ ਦੇ ਵਿੱਚ ਆ। ਜੇ ਕਿਤੇ ਜੋਬ ਕਰਨੀ ਆ, ਇੰਪਲਾਇਰ ਕੋਲ ਜਾਣਾ ਹੈਗਾ, ਤਾਂ ਵੀ
ਠੀਕ ਹੈ ਨਾ ਜੀ। ਹੁਣ ਜੇ ਇਨ ਕੇਸ ਬੱਚੇ ਨੂੰ ਆਪਾਂ ਵਿਦਆਊਟ ਆਇਲਸ ਉੱਥੇ ਪਹੁੰਚ ਜਾਂਦਾ, ਉਹਨੇ ਜੇ ਸਪੋਜ਼ ਇੰਪਲਾਇਰ ਤੋਂ ਕੰਮ ਵੀ ਕਰਨਾ, ਪੜ੍ਹਾਈ ਤਾਂ ਬਹੁਤ ਦੂਰ ਦੀ ਗੱਲ, ਜੇ ਮੈਨੇ ਕਿਤੇ ਜੋਬ ਵੀ ਮੰਗਣ ਜਾਣਾ ਤਾਂ ਮੈਂ ਜੇ ਆਪਣੀ ਲੈਂਗੁਏਜ ਨਹੀਂ ਆਉਂਦੀ, ਹੁਣ ਸਪੋਜ਼ ਕਰੋ ਬਿਹਾਰ ਤੋਂ ਸਾਡੇ ਕੋਲ ਬਿਹਾਰੀ ਆ ਜੇ, ਹਾਂਜੀ ਪੰਜਾਬੀ ਨਾ ਆਉਂਦੀ ਹੋਵੇ, ਹਿੰਦੀ ਨਾ ਆਉਂਦੀ ਹੋਵੇ, ਤੁਸੀਂ ਕਿਵੇਂ ਰੱਖ ਲਓਗੇ? ਉਹਨੂੰ ਆਉਂਦੀ ਆ ਬਿਹਾਰੀ ਆ, ਉਹੀ ਆਪਣਾ ਹਾਲ ਆ, ਸਾਡਾ ਪੰਜਾਬੀ ਚਲਾ ਗਿਆ, ਉਹਨੂੰ ਆਉਂਦੀ ਪੰਜਾਬੀ ਆ ਲੇਕਿਨ ਉੱਥੇ ਲੈਂਗੁਏਜ ਇੰਗਲਿਸ਼ ਆ, ਤਾਂ ਅਲਟੀਮੇਟਲੀ ਉਹਨੇ ਆ ਤਾਂ ਉੱਥੇ ਜਾ ਕੇ ਇੰਗਲਿਸ਼ ਪੜ੍ਹੇਗਾ ਉਹ ਬੱਚਾ, ਜਾਂ ਫਿਰ ਉਹ ਆਪਣੀ ਲੱਖ ਖਰਚੇਗਾ। ਗੱਲ ਤਾਂ ਇੱਕੋ ਹੀ ਹੈ, ਗੱਲ ਤਾਂ ਇੱਕੋ ਹੀ ਆ, ਇੱਥੇ ਉਹਦੇ ਹਜ਼ਾਰਾਂ ਦੇ ਵਿੱਚ ਖਰਚਾ ਆਉਣਾ, ਉੱਥੇ ਉਹਦਾ ਲੱਖਾਂ 'ਚ ਖਰਚਾ। ਸੋ ਬੇਸ, ਮੈਂ ਆਸਟ੍ਰੇਲੀਆ ਨੂੰ ਪ੍ਰਮੋਟ ਨਹੀਂ ਕਰ ਰਿਹਾ, ਮੈਂ ਆਸਟ੍ਰੇਲੀਆ ਦੀ ਇਸ ਕਰਕੇ ਥੋੜ੍ਹੀ ਜਿਹੀ ਤਾਰੀਫ ਕਰ ਰਿਹਾ ਕਿ ਆਸਟ੍ਰੇਲੀਆ ਦੇ ਐਕਸਪਰਟ ਬੈਠੇ ਨੇ, ਬੱਚਿਆਂ ਨੂੰ ਥੋੜ੍ਹੀ ਜਿਹੀ ਇਸ ਚੀਜ਼ ਦੀ ਸਮਝ ਆਵੇ। ਜਦੋਂ ਵੇਜਸ ਰੇਟ, ਡਾਲਰ ਰੇਟ ਦੀ ਗੱਲ ਆਉਂਦੀ ਹੈ, ਕਮਾਈ ਦੀ ਗੱਲ ਆਉਂਦੀ ਹੈ, ਉਸ ਪੁਆਇੰਟ ਆਫ ਵਿਊ ਤੋਂ ਵੀ ਮੇਰੇ ਖਿਆਲ ਕੈਨੇਡਾ ਨਾਲੋਂ ਅੱਜ ਆਸਟ੍ਰੇਲੀਆ 'ਚ ਬਿਹਤਰ ਜ਼ਿੰਦਗੀ ਹੈ ਲੋਕਾਂ ਦੀ। ਦੇਖੋ ਜੀ, ਹੁਣ ਆਪਾਂ ਕੰਪੇਅਰ ਕਰੀਏ ਆਸਟ੍ਰੇਲੀਆ ਨੂੰ ਕੈਨੇਡਾ ਨਾਲ, ਸਭ ਤੋਂ ਪਹਿਲੀ ਜਿਹੜੀ ਗੱਲ ਆਉਂਦੀ ਹੈ ਜੀ ਵੈਦਰ ਦੀ। ਕਲਾਈਮੇਟਿਕ ਕੰਡੀਸ਼ਨਸ ਜਿਹੜੀਆਂ ਆਸਟ੍ਰੇਲੀਆ ਦੀਆਂ ਨੇ ਉਹ ਸਿਮੀਲਰ ਨੇ ਇੰਡੀਆ ਦੀਆਂ ਜੀ। ਕੈਨੇਡਾ ਦੇ ਵਿੱਚ ਟੈਂਪਰੇਚਰ ਜਿਹੜਾ ਜਨਰਲੀ ਰਹਿੰਦਾ, ਉਹ ਮੈਂ ਕੈਨੇਡਾ ਨੂੰ ਨੈਗੇਟਿਵ ਨਹੀਂ ਕਰ ਰਿਹਾ, ਜਿਨ੍ਹਾਂ ਲਈ ਕੈਨੇਡਾ ਸਵਰਗ ਹੈ, ਬਟ ਮੈਂ ਅਸਲੀਅਤ ਦੱਸਣਾ ਚਾਹੁੰਦਾ, ਅਦਰਵਾਈਜ਼ ਸਾਡੇ ਕੋਲ ਕੈਨੇਡੀਅਨ ਕਾਲਜਿਸ ਵੀ ਹੈਗੀਆਂ, ਸਾਡੇ ਕੋਲ ਕੈਨੇਡੀਅਨ ਯੂਨੀਵਰਸਿਟੀਜ਼ ਵੀ ਹੈ ਜਿਨ੍ਹਾਂ ਨੂੰ ਅਸੀਂ ਡਾਇਰੈਕਟਲੀ ਰਿਪ੍ਰੈਜੈਂਟ ਕਰਦੇ ਹਾਂ। ਮੇਰਾ ਰੀਜ਼ਨ ਇਹ ਨਹੀਂ ਹੈ ਕਿ ਮੈਂ ਉਹਨਾਂ ਨੂੰ ਨਹੀਂ ਮਤਲਬ ਵੀ ਪ੍ਰਮੋਟ ਕਰ ਰਿਹਾ ਆਸਟ੍ਰੇਲੀਆ ਨੂੰ, ਅਤੇ ਉਹਨੂੰ ਨੈਗੇਟਿਵ ਕਰ ਰਿਹਾ ਹਜੇ, ਪਰ ਕਈ ਬੱਚਿਆਂ ਦਾ ਸਵਾਲ ਹੁੰਦਾ ਹੈ, ਤੁਸੀਂ ਪੁੱਛਿਆ, ਮੈਂ ਸੱਚਾਈ ਦੱਸ ਰਿਹਾ, ਠੀਕ ਹੈ ਨਾ ਜੀ। ਕੈਨੇਡਾ ਦੇ ਵਿੱਚ ਦੇਖੋ ਜੀ, ਕਈ ਥਾਵਾਂ ਦੇ ਉੱਤੇ -30 ਡਿਗਰੀ ਟੈਂਪਰੇਚਰ ਨੋਰਮਲ ਟੈਂਪਰੇਚਰ ਮੰਨ ਕੇ ਚੱਲਦੇ, ਬਿਲਕੁਲ ਠੀਕ ਹੈ ਨਾ ਜੀ। ਇੱਕ ਤਰ੍ਹਾਂ ਦਾ ਤੁਸੀਂ ਲੈ ਲਓ ਵੀ ਸ਼੍ਰੀਨਗਰ ਤੋਂ ਉੱਪਰ ਦਾ ਇਲਾਕਾ ਜਿੱਥੇ ਹੈਗਾ, ਜਿੱਥੇ ਆਪਣੇ ਫੌਜੀ ਭਾਈ ਰਹਿੰਦੇ ਆ, ਬਰਫ਼ ਦੇ ਵਿੱਚ ਰਹਿਣਾ ਥੋੜ੍ਹਾ ਜਿਹਾ ਈਜ਼ੀ ਨਹੀਂ ਹੈ ਆਪਣੇ ਲਈ, ਕਿਉਂਕਿ ਆਪਾਂ ਨੌਰਥ ਇੰਡੀਅਨ ਪੈਦਾਵਾਰ, ਇਕੱਲਾ ਰਹਿਣਾ ਨਹੀਂ, ਪਰ ਮੇਰ ਜੀ ਕੰਮ ਵੀ ਕਰਨਾ, ਕੰਮ ਵੀ ਕਰਨਾ ਉੱਥੇ, ਸਾਰਾ ਕੁਝ ਕਰਨਾ, ਵੱਡੀ ਗੱਲ ਸਾਰਾ ਕੁਝ ਕਰਨਾ, ਜਦੋਂ ਉੱਥੇ ਬਰਫ਼ ਹੀ ਬਰਫ਼ ਹੋਏਗੀ ਤਾਂ ਤੁਹਾਨੂੰ ਥੋੜ੍ਹਾ ਜਿਹਾ ਰਹਿਣਾ ਮੁਸ਼ਕਿਲ ਹੋ ਜਾਂਦਾ ਜਨਰਲ ਤੌਰ ਦੇ ਉੱਤੇ। ਹੁਣ ਇਹਦੇ ਕੰਪੈਰੇਟਿਵ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਰਹਿਣਾ ਜਸਟ ਲਾਈਕ ਜਿਵੇਂ ਪੰਜਾਬ ਦਾ ਮਾਹੌਲ ਆ, ਠੀਕ ਹੈ ਨਾ ਜੀ, ਇੱਦਾਂ ਦਾ ਹੀ ਮਾਹੌਲ ਆ ਉੱਥੇ, ਇੱਦਾਂ ਦੀ ਉਹ ਗਰਮੀ ਪੈਂਦੀ ਹੈ, ਸਿਰਫ ਇੰਨਾ ਕੁ ਹੈਗਾ ਕਿ ਆਪਣੇ ਉਲਟ ਹੁੰਦਾ, ਜਦੋਂ ਸਾਡੇ ਉਰੇ ਸਰਦੀ ਹੁੰਦੀ ਹੈ ਉੱਥੇ ਗਰਮੀ ਹੁੰਦੀ ਹੈ, ਉੱਥੇ ਗਰਮੀ ਹੁੰਦੀ ਹੈ ਉਰੇ ਸਰਦੀ ਹੁੰਦੀ ਹੈ, ਬਸ ਇੰਨਾ ਕੁ ਡਿਫਰੈਂਸ ਆ। ਅਦਰਵਾਈਜ਼ ਟੈਂਪਰੇਚਰ ਮੋਸਟ ਆਫ ਦ ਟਾਈਮ ਸੇਮ ਰਹਿੰਦਾ, ਗਰਮੀਆਂ ਵੀ ਸੇਮ ਨੇ, ਸਰਦੀਆਂ ਵੀ ਸੇਮ ਨੇ। ਦੂਸਰਾ ਦਿਨ ਹੈਗਾ ਜੀ ਪੁਆਇੰਟ, ਜੇ ਆਪਾਂ ਗੱਲ ਕਰੀਏ ਤਾਂ ਵੇਜਿਸ ਦੀ, ਵੇਜਿਸ ਦੇ ਵਿੱਚ ਦੇਖੋ ਜੀ, ਤੁਸੀਂ ਜਨਰਲ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਤਾਂ 7, 8 ਜਾਂ 9 ਡਾਲਰ ਮੈਕਸਿਮਮ। ਬਿਲਕੁਲ ਇਸ ਦੇ ਕੰਪੈਰੇਟਿਵ ਆਸਟ੍ਰੇਲੀਆ ਦੇ ਵਿੱਚ ਦੇਖੋ, ਇੱਕ ਤਾਂ ਵੈਦਰ ਬਹੁਤ ਵੱਡਾ ਰੋਲ ਪਲੇ ਕਰਦਾ ਨਾ ਜੀ, ਉੱਥੇ ਸਾਰੀਆਂ ਤਰ੍ਹਾਂ ਦੀ ਇੰਡਸਟਰੀਜ਼ ਅਵੇਲੇਬਲ ਹੈ ਆਸਟ੍ਰੇਲੀਆ ਦੇ ਵਿੱਚ। ਕੈਨੇਡਾ ਦੇ ਵਿੱਚ ਉੱਥੇ ਦੀ ਇੰਡਸਟਰੀ ਬਹੁਤ ਜ਼ਿਆਦਾ ਨਹੀਂ ਹੈਗੀ, ਖੁਦ ਦੀ ਇੰਡਸਟਰੀ ਨਹੀਂ ਹੈ, ਉੱਥੇ ਇੰਪੋਰਟਡ ਚੀਜ਼ਾਂ ਆਉਂਦੀਆਂ, ਸਾਰਾ ਕੁਝ ਇੰਪੋਰਟ ਹੁੰਦਾ ਉੱਥੇ, ਕਿਉਂਕਿ ਟੈਂਪਰੇਚਰ ਇੰਨਾ ਜ਼ਿਆਦਾ ਹੈਗਾ, ਜਦੋਂ -30 ਡਿਗਰੀ ਦੇ ਵਿੱਚ ਕੁਝ ਪੈਦਾਵਾਰ ਹੀ ਨਹੀਂ ਹੋ ਸਕਦੀ, ਪ੍ਰੋਡਕਸ਼ਨ ਦੀ ਪ੍ਰੋਬਲਮ ਆ, ਠੀਕ ਹੈ ਨਾ, ਬਿਲਕੁਲ ਠੀਕ ਹੈ ਜੀ, ਤਾਂ ਇਸ ਕਰਕੇ ਉੱਥੇ ਵੇਜਿਸ ਵੀ ਘੱਟ ਨੇ। ਦੂਸਰਾ, ਆਸਟ੍ਰੇਲੀਆ ਦੇ ਵਿੱਚ ਵੇਜਿਸ ਜ਼ਿਆਦਾ ਨੇ, ਕਿਉਂ? ਉੱਥੇ ਇੰਡਸਟਰੀ ਜ਼ਿਆਦਾ ਹੈਗੀ, ਹਰ ਤਰ੍ਹਾਂ ਦੀ ਇੰਡਸਟਰੀ, ਜੋਬ ਅਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਟੈਂਪਰੇਚਰ ਆਪਣੇ ਮਤਲਬ ਰਹਿਣ ਦੇ ਲਈ ਇੱਕ ਅਨੁਕੂਲ ਜਿਹਨੂੰ ਕਹਿ ਸਕਦੇ ਹਾਂ ਨਾ, ਕਿ ਹਾਂਜੀ ਜੀ ਆਪਾਂ ਉੱਥੇ ਟੈਂਪਰੇਚਰ ਦੇ ਵਿੱਚ ਬੜੇ ਆਰਾਮ ਨਾਲ ਐਡਜਸਟ ਕਰ ਸਕਦੇ ਹਾਂ, ਇੱਕ ਟੈਂਪਰੇਚਰ ਇਹੋ ਜਿਹਾ ਉੱਥੇ ਐਡਜਸਟਮੈਂਟ ਬਹੁਤ ਮੁਸ਼ਕਿਲ ਆ, ਉਸਦੇ ਕਰਕੇ ਇੰਡਸਟਰੀਜ਼ ਵੀ ਨਹੀਂ ਹੈ ਉੱਥੇ ਇੰਨੀ ਜ਼ਿਆਦਾ। ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਹਰੇਕ ਤਰ੍ਹਾਂ ਦੀ ਇੰਡਸਟਰੀ ਮਿਲੇਗੀ, ਮੈਨੂਫੈਕਚਰਿੰਗ ਇੰਡਸਟਰੀ ਆ, ਪੈਟਰੋਲੀਅਮ ਇੰਡਸਟਰੀ ਆ, ਗੈਸ ਇੰਡਸਟਰੀ ਆ, ਕੋਲ ਇੰਡਸਟਰੀ ਆ, ਮਾਈਨ ਇੰਡਸਟਰੀ ਆ, ਹਰੇਕ ਤਰ੍ਹਾਂ ਦੀ ਇੰਡਸਟਰੀ ਆ, ਤੁਸੀਂ ਨਾਮ ਲਓ ਕਿਹੜੀ ਇੰਡਸਟਰੀ ਉੱਥੇ, ਆਟੋਮੋਬਾਈਲ ਇੰਡਸਟਰੀ ਉੱਥੇ, ਕਿਹੜੀ ਇੰਡਸਟਰੀ ਉੱਥੇ ਨਹੀਂ ਹੈ। ਉਸਦੇ ਨਾਲ ਬੱਚਿਆਂ ਨੂੰ ਬੈਨੀਫਿਟ ਇਸ ਚੀਜ਼ ਦਾ ਬੜਾ ਮਿਲਦਾ ਹੈ ਕਿ ਵੇਜ ਰੇਟ ਜਿਹੜਾ ਉੱਥੇ ਦਾ ਹੈਗਾ ਉਹ ਦੈਟ ਇਜ਼ ਅਰਾਊਂਡ 18 ਤੋਂ 19 ਡਾਲਰ ਮਿਲਦੇ ਜੀ, ਪਲੱਸ ਸੈਟਰਡੇ ਅਤੇ ਸੰਡੇ ਨੂੰ ਜਦੋਂ ਮਤਲਬ ਆਪਣਾ ਸੈਟਰਡੇ ਸੰਡੇ ਆਫ ਡੇਜ਼ ਦੇ ਵਿੱਚ ਦਿਨ ਕੰਮ ਕਰਦਾ ਬੱਚਾ ਤਾਂ ਜਨਰਲੀ ਉਹਨੂੰ ਡਬਲ ਵੇਜਿਸ ਵੀ ਮਿਲ ਜਾਂਦੇ, ਤਾਂ ਉਸ ਚੀਜ਼ ਦਾ ਤੁਸੀਂ ਲਾਓ ਕਿ ਹਾਂਜੀ 40 ਡਾਲਰ ਪਰ ਆਵਰ ਵੇਜ ਰੇਟ ਮਿਲਦਾ। ਜੇ ਬੱਚਿਆਂ ਦਾ ਕਈ ਵਾਰੀ ਸਵਾਲ ਹੁੰਦਾ ਜੀ ਮੈਂ ਕਿੱਥੇ ਸੈਟਲ ਹੋਊਂਗਾ, ਕਿੱਥੇ ਮੇਰੀ ਕਮਾਈ ਅੱਛੀ ਹੈ, ਆਉਣ ਵਾਲਾ ਜਿਹੜਾ ਮੇਰਾ ਜੀਵਨ ਕਿੱਥੇ ਅੱਛਾ ਹੋਊਗਾ, ਆਸਟ੍ਰੇਲੀਆ ਨੂੰ ਅਸੀਂ ਥੋੜ੍ਹੀ ਜਿਹੀ ਤਰਜੀਹ ਦਿੰਦੇ ਹਾਂ। ਬਾਕੀ ਇਹ ਕਿ ਸਾਡੀ ਕਈ ਪੀੜ੍ਹੀਆਂ ਕੈਨੇਡਾ ਬੈਠੀਆਂ, ਕਈ ਪਰਿਵਾਰਾਂ ਦੀ ਮਜਬੂਰੀ ਹੈ ਕਿ ਆਸਟ੍ਰੇਲੀਆ ਜਾਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੇ ਆਪਣੇ ਨਾਨਾ ਦਾਦਾ ਜਾਂ ਜਿਹੜਾ ਮਾਮਾ ਚਾਚਾ ਤਾਇਆ ਪਰਿਵਾਰ ਬੈਠਿਆ ਕੈਨੇਡਾ, ਉੱਥੇ ਹੀ ਜਾਣਾ ਹੁੰਦਾ। ਬਟ ਜਿਨ੍ਹਾਂ ਨੇ ਫਰੈਸ਼ਰਸ ਨੇ ਜਾਣਾ, ਉਹਨਾਂ ਲਈ ਆਸਟ੍ਰੇਲੀਆ ਇੱਕ ਬਹੁਤ ਅੱਛੀ ਓਪਰਚੁਨਿਟੀਜ਼ ਹੈਗੀ ਹੈ। ਮੈਂ ਜੀ ਬੱਚਿਆਂ ਨੇ ਸਪੈਸ਼ਲੀ ਇੱਕ ਸਵਾਲ ਭੇਜਿਆ ਕਿ ਜੇ ਸਪਲੀਜ਼ ਨੇ ਜਿਹੜੀਆਂ ਜਿਵੇਂ ਕੈਨੇਡਾ 'ਚ ਐਕਸੈਪਟ ਹੋ ਜਾਂਦੀਆਂ, ਕੀ ਬੀ ਟੈਕ ਦੀਆਂ ਜਾਂ ਬੀ ਏ ਜਨਰਲ ਗ੍ਰੈਜੂਏਸ਼ਨ ਵਾਲੇ ਬੱਚਿਆਂ ਦੀ ਇੱਕ ਜਾਂ 2 ਜਾਂ 3 ਸਪਲੀਆਂ ਜੇ ਆ ਗਈਆਂ, ਕਲੀਅਰ ਹੋ ਗਈਆਂ, ਕੀ ਉਹ ਵੀਜ਼ਾ ਪ੍ਰਾਪਤ ਕਰ ਸਕਦੇ ਆ? ਹਾਂਜੀ ਹਾਂਜੀ, ਉਹਦੇ 'ਚ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ ਹੈ। ਇਨਫੈਕਟ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਡਿਪੈਂਡਿੰਗ ਅਪੋਨ, ਹਰ ਯੂਨੀਵਰਸਿਟੀ ਦਾ ਕ੍ਰਾਈਟੀਰੀਆ ਡਿਫਰੈਂਟ ਹੈ ਕਿ ਯੂਨੀਵਰਸਿਟੀਜ਼ ਕੁਛ ਕਹਿੰਦੀਆਂ ਜੇ 8 ਸਪਲੀਜ਼ ਹੈਗੀਆਂ ਤਾਂ ਉਹਨੂੰ ਅਸੀਂ ਕਲੀਅਰ ਕਰ ਲਾਂਗੇ। ਜ਼ਿਆਦਾਤਰ ਸਪਲੀਜ਼ ਦਾ ਇਹ ਸਿਸਟਮ ਰਹਿੰਦਾ ਹੈ ਕਿ ਡਿਊਰਿੰਗ ਦ ਡਿਊਰੇਸ਼ਨ ਜਿਹੜੀ ਵੀ ਡਿਗਰੀ
ਤੇ ਮੋਸਟਲੀ ਜ਼ਿਆਦਾਤਰ ਯੂਨੀਵਰਸਿਟੀ 'ਚ ਕੋਈ ਪ੍ਰੋਬਲਮ ਨਹੀਂ ਹੈ, ਵੀਜ਼ਾ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ, ਇਹ ਜਨਰਲ ਟ੍ਰੈਂਡ ਹੈ, ਇੰਡੀਆ 'ਚ ਵੀ ਹੁੰਦਾ, ਇਹ ਨੇ ਬਾਹਰ ਦੀ ਐਜੂਕੇਸ਼ਨ ਦੇ ਵਿੱਚ ਵੀ ਹੁੰਦਾ, ਠੀਕ ਹੈ ਨਾ ਜੀ, ਕਿ ਬੱਚੇ ਨੇ ਕਲੀਅਰ ਕਰ ਲਿਆ, ਇਸ ਕਰਕੇ ਉਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਹੁਣ ਕਿਸ ਇਨਟੇਕ ਦੀਆਂ ਐਪਲੀਕੇਸ਼ਨ ਜਾ ਰਹੀਆਂ ਨੇ ਔਰ ਕਿੰਨਾ ਟਾਈਮ ਲੱਗੇਗਾ, ਕੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਅੱਜ ਕੱਲ੍ਹ? ਦੇਖੋ ਇਸ ਟਾਈਮ 'ਤੇ ਜਿਹੜਾ ਮੇਜਰ ਇਨਟੇਕ ਹੈ ਆਸਟ੍ਰੇਲੀਆ ਦਾ ਉਹ ਜੁਲਾਈ ਹੈ, ਠੀਕ ਹੈ ਨਾ, ਜੁਲਾਈ ਅਗਸਤ ਦਾ ਜਿਹੜਾ ਇਨਟੇਕ ਹੈ ਉਹ ਮੇਜਰ ਹੈ। ਇਸ ਟਾਈਮ ਉਹਦੀਆਂ ਐਡਮਿਸ਼ਨਸ ਜਿਹੜੀਆਂ ਨੇ ਉਹ ਚਾਲੂ ਹੋਈਆਂ, ਬੱਚੇ ਆਪਣੀ ਐਡਮਿਸ਼ਨਸ ਜਿਹੜੀਆਂ ਹੈਗੀਆਂ ਯੂਨੀਵਰਸਿਟੀਜ਼ ਦੇ ਵਿੱਚ, ਜਿਹੜੇ ਟੇਫ ਕਾਲਜਿਸ ਨੇ ਉਹਨਾਂ ਦੇ ਵਿੱਚ ਕਰਵਾ ਸਕਦੇ ਨੇ, ਠੀਕ ਹੈ ਜੀ। ਆਫਰ ਲੈਟਰਸ ਜ਼ਿਆਦਾਤਰ ਯੂਨੀਵਰਸਿਟੀਜ਼ ਦੀ 1 ਵੀਕ ਤੋਂ ਲੈ ਕੇ 15 ਵਰਕਿੰਗ ਡੇਜ਼ ਦੇ ਵਿੱਚ ਆ ਹੀ ਜਾਂਦੀਆਂ, ਆਲਮੋਸਟ ਸਾਰਿਆਂ ਦੀ ਆ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਮੇਜਰ ਜਿਹੜਾ ਬੈਨੀਫਿਟ ਹੈ ਉਹ ਇਹ ਹੈਗਾ ਕਿ ਹਰ ਯੂਨੀਵਰਸਿਟੀ ਜਿਹੜੇ ਬੱਚਿਆਂ ਦੇ ਹਰੇ ਰਿਜ਼ਲਟਸ ਆਉਣੇ ਨੇ, ਬਿਕੋਜ਼ ਗ੍ਰੈਜੂਏਸ਼ਨ ਦੇ ਪੇਪਰ ਹਲੇ ਹੁੰਦੇ ਪਏ ਨੇ, ਪਲੱਸ ਟੂ ਦੇ ਆਲਮੋਸਟ ਕੰਪਲੀਟ ਹੋ ਗਏ ਨੇ, ਉਹਨਾਂ ਬੱਚਿਆਂ ਨੂੰ ਪਹਿਲੇ ਹੀ ਆਫਰ ਲੈਟਰਸ ਦੇ ਰਹੇ ਤਾਂ ਕਿ ਉਹ ਆਪਣੀ ਵੀਜ਼ਾ ਫਾਈਲ ਦੀ ਪ੍ਰੈਪਰੇਸ਼ਨ ਕਰ ਸਕਣ, ਜਿਨ੍ਹਾਂ ਨੇ ਬੈਂਕ ਤੋਂ ਐਜੂਕੇਸ਼ਨ ਲੋਨ ਲੈਣਾ ਉਹ ਐਜੂਕੇਸ਼ਨ ਲੋਨ ਲੈ ਸਕਣ। ਰਿਜ਼ਲਟ ਆਉਣ ਤੋਂ ਪਹਿਲੇ ਤੁਸੀਂ ਆਪਣੀ ਫਾਈਲ ਅੰਬੈਸੀ ਦੇ ਵਿੱਚ ਲਗਾ ਵੀ ਸਕਦੇ ਹੋ। ਆਸਟ੍ਰੇਲੀਅਨ ਯੂਨੀਵਰਸਿਟੀਜ਼ ਤੁਹਾਨੂੰ ਕੰਡੀਸ਼ਨਲ COEs ਇਸ਼ੂ ਕਰ ਦਿੰਦੀਆਂ, ਓਕੇ, ਠੀਕ ਹੈ ਜੀ, ਕਿ ਤੁਹਾਡਾ ਹਲੇ ਰਿਜ਼ਲਟ ਆਉਣਾ, ਫਿਰ ਵੀ ਅਸੀਂ ਤੁਹਾਨੂੰ ਕੰਡੀਸ਼ਨਲ ਕਨਫਰਮੇਸ਼ਨ ਆਫ ਇਨਰੋਲਮੈਂਟ ਦੇ ਰਹੇ ਹਾਂ ਤਾਂ ਕਿ ਤੁਸੀਂ ਆਪਣਾ ਵੀਜ਼ਾ ਵੀ ਲੈ ਸਕੋ। ਉਹਦੇ 'ਚ ਕ੍ਰਾਈਟੀਰੀਆ ਸਿਰਫ ਇਹ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਵੀਜ਼ਾ ਵੀ ਮਿਲ ਜਾਂਦਾ, ਮਗਰ ਉਹਨਾਂ ਨੇ ਟਰੈਵਲ ਉਦੋਂ ਕਰਨਾ ਜਦੋਂ ਉਹਨਾਂ ਦਾ ਰਿਜ਼ਲਟ, ਬਾਕੀ ਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਪੂਰੀਆਂ ਹੋ ਜਾਣ। ਬੱਚਿਆਂ ਦਾ ਇੱਕ ਵਹਿਮ ਹੈ ਕਿ ਵੀਜ਼ਾਜ਼ ਨਹੀਂ ਆ ਰਹੇ, ਸੋ VIC ਦੇ ਹਰ ਹਫ਼ਤੇ ਵੀਜ਼ਾਜ਼ ਆ ਰਹੇ ਨੇ, ਫਰੈਸ਼ ਵੀਜ਼ਾਜ਼ ਅਸੀਂ ਦਿਖਾ ਰਹੇ ਹਾਂ। ਇਹ ਫਿਰ ਮੈਂ ਗੱਲ ਕਰ ਰਿਹਾ ਕਿ ਪ੍ਰਮੋਸ਼ਨ ਨਹੀਂ, ਇਹ ਤੁਹਾਡੇ ਅੰਦਰ ਇੱਕ ਡਰ ਕੱਢਣਾ ਹੈ ਕਿ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ, ਕੰਪਨੀ ਚੰਗੀ ਹੈ, ਤਾਂ ਵੀਜ਼ਾਜ਼ ਆ ਰਹੇ ਨੇ, ਬੱਚੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ। ਉਸ ਤੋਂ ਬਾਅਦ ਤੁਸੀਂ ਕਿਵੇਂ ਕੈਨੇਡਾ ਦੇ ਆਪਣਾ ਆਸਟ੍ਰੇਲੀਆ ਦੇ ਵਿੱਚ ਐਡਮਿਸ਼ਨ ਲੈਣੀ ਹੈ, VIC ਕਿਵੇਂ ਸਪੋਰਟ ਕਰੇਗੀ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਮਿਲਦੇ ਹਾਂ ਇੱਕ ਜਿਹੜੀਆਂ ਵੀਡੀਓਜ਼ ਨੇ ਉਸ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਮਨਦੀਪ ਕੌਰ ਹੈ, ਮੈਂ ਬਠਿੰਡਾ ਸ਼ਹਿਰ ਤੋਂ ਹਾਂ। ਮੈਂ ਆਪਣੀ BEd 2015 ਵਿੱਚ ਕੰਪਲੀਟ ਕੀਤੀ ਅਤੇ ਉਸ ਤੋਂ ਬਾਅਦ ਮੈਂ ਪ੍ਰਾਈਮਰੀ ਸਕੂਲ ਬਾਬਾ ਲੈਣਾ ਪਬਲਿਕ ਸਕੂਲ ਟੁਮਾਲੀ ਵਿੱਚ 1 ਸਾਲ ਮੈਥ ਟੀਚਰ ਵਜੋਂ ਪਾਸ ਪੜ੍ਹਾਇਆ। ਉਸ ਤੋਂ ਬਾਅਦ ਮੈਂ ਆਪਣੇ ਆਸਟ੍ਰੇਲੀਆ ਜਾਣ ਦਾ ਪਲਾਨ ਕੀਤਾ ਅਤੇ ਮੈਂ ਕਈ ਥਾਵਾਂ 'ਤੇ ਇਸ ਦੇ ਲਈ ਵਿਜ਼ਿਟ ਕੀਤਾ, ਪਰ ਅਖੀਰ ਵਿੱਚ ਮੈਨੂੰ ਚੰਡੀਗੜ੍ਹ VIC ਦਾ ਬਹੁਤ ਵਧੀਆ ਰਿਸਪੋਂਸ ਮਿਲਿਆ ਅਤੇ ਇੱਥੋਂ ਮੈਨੂੰ 2 ਹਫ਼ਤਿਆਂ ਵਿੱਚ ਆਪਣਾ ਵੀਜ਼ਾ ਮਿਲਿਆ। ਇਸ ਦੇ ਲਈ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇੱਥੋਂ ਦਾ ਸਟਾਫ ਮੈਂਬਰ ਬਹੁਤ ਹੀ ਕੋਆਪਰੇਟਿਵ ਹੈ ਅਤੇ ਗੁੱਡ ਬਿਹੇਵੀਅਰ ਹੈ, ਅਤੇ ਜਿਸ ਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਫੁਲ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸੁਪਨਾ ਪੂਰਾ ਕੀਤਾ। ਅਤੇ ਮੈਂ ਆਪਣੇ ਹੋਰ ਵੀ ਫਰੈਂਡਸ ਨੂੰ ਇੱਥੇ ਆਉਣ ਲਈ ਸੁਜੈਸਟ ਕਰਦੀ ਹਾਂ ਤਾਂ ਕਿ ਉਹ ਇੱਥੇ ਵਿਜ਼ਿਟ ਕਰਨ ਅਤੇ ਆਪਣਾ ਸੁਪਨਿਆਂ ਨੂੰ ਪੂਰਾ ਕਰਨ। ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਸਪ੍ਰੀਤ ਸਿੰਘ ਹੈ ਅਤੇ ਮੈਂ 2015 ਵਿੱਚ +2 ਕੀਤੀ ਸੀਗੀ ਕਮਰਸ ਸਟ੍ਰੀਮ ਨਾਲ। ਬਾਅਦ 'ਚ ਮੈਂ PTE ਦਾ ਇਗਜ਼ਾਮ ਦਿੱਤਾ ਅਤੇ ਉਹਦੇ ਵਿੱਚ ਮੇਰੇ 6 ਬੈਂਡ ਆਏ ਸੀਗੇ ਅਤੇ ਮੈਂ ਆਪਣੇ ਫਰੈਂਡ ਦੀ ਰੈਫਰੈਂਸ ਨਾਲ VIC ਕੋਲ ਆਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਇੰਦਰ ਮੈਮ ਕੋਲ ਜਾਓ ਅਤੇ ਉਹਨਾਂ ਦੀ ਰੈਫਰੈਂਸ ਨਾਲ ਮੈਂ ਇੰਦਰ ਮੈਮ ਕੋਲ ਮਿਲਿਆ। ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਗਾਈਡ ਕੀਤਾ, ਆਪਣਾ ਸਾਰਾ ਕੁਝ ਦੱਸਿਆ, ਆਫਰ ਲੈਟਰ ਅਤੇ ਯੂਨੀਵਰਸਿਟੀ ਬਾਰੇ ਵੀ ਦੱਸਿਆ। ਮੇਰੀ ਯੂਨੀਵਰਸਿਟੀ CSU ਮੈਲਬਰਨ ਵਿੱਚ ਹੈ ਅਤੇ ਉਹਨਾਂ ਨੇ ਮੈਨੂੰ ਆਸਟ੍ਰੇਲੀਆ ਬਾਰੇ ਚੰਗੀ ਤਰ੍ਹਾਂ ਗਾਈਡ ਕੀਤਾ ਅਤੇ ਆਸਟ੍ਰੇਲੀਆ ਦੀ ਸਾਰੀ ਜਾਣਕਾਰੀ ਦਿੱਤੀ। ਐਂਡ ਆਫਟਰ 3 ਵੀਕਸ ਮੇਰਾ ਵੀਜ਼ਾ ਆ ਗਿਆ। ਨਾਓ ਆਈ ਐਮ ਵੈਰੀ ਹੈਪੀ। ਮਾਈ ਨੇਮ ਇਜ਼ ਸਿਮਰਤ ਕੌਰ, ਆਈ ਗੋਟ ਮਾਈ ਵੀਜ਼ਾ ਫੋਰ ਆਸਟ੍ਰੇਲੀਅਨ ਯੂਨੀਵਰਸਿਟੀ ਲਾਗਰਾਮ ਯੂਨੀਵਰਸਿਟੀ ਐਂਡ ਆਈ ਗੋਟ ਮਾਈ ਵੀਜ਼ਾ ਵਿਦਇਨ 2 ਵੀਕਸ ਐਂਡ ਆਈ ਗੋਟ ਵੀਜ਼ਾ ਫੋਰ ਮਾਸਟਰਸ ਆਫ ਇੰਜੀਨੀਅਰਿੰਗ ਮੈਨੇਜਮੈਂਟ। ਆਈ ਹੈਵ ਆਲਰੇਡੀ ਡਨ ਮਾਸਟਰਸ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਐਂਡ ਆਈ ਗੋਟ 7 ਬੈਂਡਸ ਐਂਡ ਆਈ ਗੋਟ ਟੂ ਨੋ ਅਬਾਊਟ VIC ਥਰੂ ਮਾਈ ਫਰੈਂਡ ਐਂਡ ਮਾਈ ਹੋਲ ਪ੍ਰੋਸੈਸ ਵਾਸ ਸੋ ਸਿੰਪਲ, ਮਾਈ ਹੋਲ ਸਟਾਫ ਵਾਸ ਸੋ ਹੈਲਪਿੰਗ ਐਂਡ ਮਾਈ ਹੋਲ ਐਕਸਪੀਰੀਅੰਸ ਵਾਸ ਵੈਰੀ ਗੁੱਡ ਓਵਰ ਹੇਅਰ। ਅਤੇ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ VIC ਐਂਡ ਉਸ ਤੋਂ ਬਾਅਦ ਮੈਂ ਬਹੁਤ ਹੌਸਟਲਾਂ ਕੋਲ ਗਿਆ ਪਰ ਮੈਨੂੰ ਕਿਤੋਂ ਵੀ ਕੋਈ ਅੱਛਾ ਸੁਝਾਅ ਨਹੀਂ ਮਿਲਿਆ। ਫਿਰ ਮੈਨੂੰ ਇੱਕ ਮੇਰੇ ਫਰੈਂਡ ਨੇ VIC ਬਾਰੇ ਗਾਈਡ ਕੀਤਾ ਅਤੇ ਮੈਂ ਐਮ ਸਿੰਦਰਦੀਪ ਕੌਰ ਕੋਲ ਆਇਆ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੇਰੀ ਫਾਈਲ ਆਸਟ੍ਰੇਲੀਆ ਲਈ ਸਬਮਿਟ ਕੀਤੀ ਅਤੇ ਮੇਰਾ ਵਿਦਿਨ 2 ਵੀਕ ਵੀਜ਼ਾ ਅਪਰੂਵ ਆ ਗਈ ਅਤੇ ਹੁਣ ਮੈਂ ਆਸਟ੍ਰੇਲੀਆ ਜਾ ਰਿਹਾ। Hello friends, my name is Gaurav Kumar Hinder, I am from Rehkota district Sangrur and I have done B.Tech in Electronics and Communication Engineering and after that I pursued my Master of Engineering in Adelaide City University in Australia and I got the first my visa from VIC and I got 6 band in PTE exam and I am very thankful of ਮੇਰਾ ਨਾਮ ਅਰਸ਼ਦੀਪ ਸਿੰਘ ਹੈ, ਮੈਂ ਆਪਣੀ +2 ਪਿਛਲੇ ਸਾਲ 2016 'ਚ ਕੰਪਲੀਟ ਕੀਤੀ ਅਤੇ ਮੈਂ ਅੱਜ 6 ਬੈਂਡ
6.5 बैंड स्कोर किए तो मैंने VAC बारे अपने कजन तो पता चलिया VAC प्रोवाइड द बेस्ट काउंसलिंग सर्विसेज आई विल सजेस्ट टू द स्टूडेंट हु वांट्स टू गो अब्रॉड वंस मीट VAC ऑफिसर एंड आई एम वेरी हैप्पी आफ्टर आई गॉट माय वीजा. हेलो एवरीवन, माय नेम इज दीपक नेचा. रिसेंटली मेरा ऑस्ट्रेलिया का स्टडी वीजा आया तो मैं VAEC तो अप्लाई किया. बिफोर कमिंग टू VAEC मैं काफ़ी जगह विजिट किया, काफ़ी कंसल्टेंट्स मिले तो उन्होंने मैंने बिल्कुल ट्रस्ट नहीं दिलाया भी तो वीजा लग सकता ऑस्ट्रेलिया का. बट इतने आके मैं इन्होंने बुक दी भी तुहाडी प्रोफाइल ठीक है, तुसीं अप्लाई करो तुहाडा स्टडी वीजा आ जाएगा. तो अज वो भी चीज़ मैंने देखने को मिल गया, मेरा स्टडी वीजा आ गया. मैं जेम्स कुक यूनिवर्सिटी ब्रिस्बेन MBA कोर्स वास्ते जा रहा. तो आई एम वेरी हैप्पी कि मैं आउटपुट अच्छी मिली है. मैं इतों अपलाई किया VAEC चंडीगढ़ तो बाकी स्टूडेंट्स में मैं यही कहूँगा भी बहुत वधिया प्रोस्पैक्ट है फ्यूचर वास्ते. तुसी जे ऑस्ट्रेलिया जाना तो बिफोर गोइंग टू एनीवेयर एक बार इतने जरूर विजिट करो. इन्हों की पूरी टीम बहुत कोऑपरेटिव है. मैंने इतने जस्ट दो बारी आना पे, ज़्यादा इतने चक्कर भी नहीं लगाने पे, सारा काम ईमेल्स थ्रू ही हो गया. तो सो बहुत अच्छा लगा VAEC का. सो वीडियोज़ तो बाद हुण आ जाता मसला कि जिन्होंने परमवीर जी एडमिशन्स लेनी है धड़ाधड़ कैनेडा के सैमीनार हो रहे हैं कि उन्होंने वांगू सैमीनार का इंतजार करे बच्चा या VAEC विदाउट सैमीनार भी बच्चों जी है अवेयरनैस असैसमेंट कर रहा है. देखो जी, सैमीनार की जो आप गल करिए तो सैमीनार के भी यूनिवर्सिटी रिप्रजेंटेटिव आते हैं. तकरीबन जो सैमीनार अच्छी कंपनी लगाती है उसे यूनिवर्सिटीज वाले आते हैं, अदरवाइज तो अपने ही स्टाफ बैठा होंगे उन्होंने सैमीनार उसे एडमिशन करके तो जानी तो एप्लीकेशन अल्टीमेटली यूनिवर्सिटी. जो बच्चा एक सैमीनार के जाता तो वो असैसमेंट ही होंगी. मौके के उत्ते कोई भी यूनिवर्सिटी या कॉलेज वाले ने सिर्फ असैसमेंट कर देनी है कि हाँ तू क्वालीफाई करना या नहीं करना. ठीक है ना जी. तो साढ़े जे ऑफिस के बच्चा आए तो एडमिशन काउंसलर जड़िया है वो टोटली इस चीज़ के लिए प्रॉपर उन्होंने गाइडेंस हैगी है, तो उन्होंने पूरी अवेयरनैस है कि बच्चा क्वालीफाई करता है कि नहीं करता. तो असं ऑन द स्पॉट ही उत्तर बच्चे दस दें कि हाँ तुम क्वालीफाई करते हो यूनिवर्सिटी वास्ते, तुम अपलाई करो. तो उस बच्चे टाइम वेस्टेज वैसे ही नहीं हैगी. तो सैमीनार की वेट करना चाहता बच्चा तो वाल तो टाइम वेस्टेज है. सपोज करो ऑस्ट्रेलियन सैमीनार जो ऑस्ट्रेलिया का ट्रेंड है, सैमीनार साढ़े भी लगने हैं लेकिन वो जाके लगने हैं 7 अगस्त के. तो फिर उदों तक तो इनटेक ही निकल जाएगी. तो जिहड़े फ्रैश पास आउट बच्चे हैगे आ वो अपना ऑफर लैटर अपलाई करन. जिहड़े ऑस्ट्रेलिया जाना चाहते हैं बच्चे तो अपना टाइम की वेट ना करन. सैमीनार तो होंगे रहने, सैमीनार नाल तो कोई कंसर्न नहीं मेरे हिसाब से एडमिशन का. वो अपने फंड्स भी तैयार करने क्योंकि 3 महीने पुराने फंड्स जनरली चाहिए होंगे ऑस्ट्रेलिया वास्ते. तो बच्चे चाहिए सब तो पहला आके ऑफर लैटर अपलाई करे तो उस बाद अगर अपना प्रोसीजर शुरू करे. जी, दो किस्म के कंसल्टेंट्स भरा पंजाब दे विच बैठे ने जिन्होंने जिन्हों का तुहाडे वीजे नाल कोई वाह वास्ता नहीं. उन्होंने 10-20 हज़ार रुपए पिछले एप्लीकेशन लानी है. दूजिया कंपनीज चंगी कंपनीज उन्होंने VAEC भी शामिल है जिन्होंने कोई पैसा एडवांस के नहीं लेना. जे थोड़ा वीजा आता तो 4 पैसे उन्होंने जेब के पैणगे. सो सक्सैस काम करते हैं क्यों कहने अमित जी? बिल्कुल जी बिल्कुल. जो तो पैसा नहीं लेना सक्सैसली काम करोगे तद ही रिजल्ट आऊगा, तो ही पैसा मिलना है. देखो जी, सब तो पहली गल है कि VAEC ऑस्ट्रेलिया के ऑलमोस्ट सारिया यूनिवर्सिटीज के वालों ऑथराइज है. ठीक है जी, कि जिन्हिया भी टॉप यूनिवर्सिटीज है जिद यानी कि नाम आ जाते हैं, यूनिवर्सिटी ऑफ न्यू साउथ वेल्स है, यूनिवर्सिटी ऑफ क्वींसलैंड है, यूनिवर्सिटी ऑफ वैसटर्न ऑस्ट्रेलिया है, ये ऑस्ट्रेलिया दी टॉप यूनिवर्सिटीज़ दे विच है. इसके बाद RMIT, UTS, स्विनबर्न, डीकन, QUT, कर्टन, सारी यूनिवर्सिटी वालों असं ऑथराइज है. जो बच्चे आते साढ़े को एप्लीकेशन करन वास्ते वो अपने अपलाई कर सकते, उन्होंने ऑफर लैटर छेती भी मिलती है बिकॉज डायरैक्ट प्रोसैसिंग है. ऑफर लैटर से बाद उन्हों की वीजा प्रोसैसिंग भी फास्ट हो जाती है. रीजन हैगा कि जो ऑफर लैटर छेती आ गई, फंड्स वगैरह जल्दी हो गए, एजुकेशन लोन छेती हो गया, तो फिर वो बेस्ड उपर प्रोसैस जोड़ा है वो बहुत ज़्यादा फास्ट हो जाता है एंड वह सक्सैस रेट भी बढ़ेगा बिकॉज अंबैसी भी पता है कि जी एप्लीकेशन है ये एडमिशन तो लैके टिल वीजा थ्रू एक ऑथराइज रिप्रजेंटेटिव थ्रू ही आई है. जी, सो कंडीशनल ऑफर लैटर के आधार से तुम हूँ अपनी एप्लीकेशन अंबैसी तक भी पहुँचा सकते हो. बशर्ते कि जे थोड़ा कंसल्टेंट्स चंगा है जिन्हों कोई जानकारी है, सो चंगा कंसल्टेंट चुन के ही अपना जो भविख तुम बना सकते हो. मैं जी शो के आने धन्यवाद परमवीर जी, थोड़ा भी शुक्रिया. वधेरे जानकारी तुम VAEC के वक् वक् नंबर जोड़े ने फ्लैश किए जा रहे हैं उन्होंने उपर कॉन्टैक्ट करके ऑस्ट्रेलिया संबंधी किसी भी तरह का जो सवाल है वो पूछ सकते हो अपने दोस्त रणबीर संधु. अगर धन्यवाद, सत श्रीकाल.